लो जी जरा वीडियो दे कैमरे दे विच को फॉल्ट आ रहा है, लेकिन फिर भी मैं वीडियो बना रहा। अगर कोई वीडियो दे विच को फॉल्ट आवे तो माधर चाहना जी, क्योंकि मोबाइल दे कोई पता नहीं लग रहा मैनू। तो यह हैदर को ले जी घोड़ी, माशाला एक होर घोड़ी है, तो बहुत खूबसूरत माशाला पूरे जान दे विच घोड़ी है। अच्छा हैदर भाई, ये जी घोड़ी है मूँह की है? मूँह की है? अठ साल है। पांच तो टप गई है। इन्हें कोई लिया जो कोई बच्चा बुच्चा? बच्चा फिर किसी का भी नहीं लिया? नहीं किसी का बच्चा नहीं लिया। अच्छा तो यह घोड़ी कितों ली है? ये अपनी घर की बछेरी है। अच्छा बछेरी है। हाँ जी घर की। घर की। तो ये वीर जी इनका कोई टोरा शोरा किन्ना के गा? टोरा भी है लेकिन पठे वास्ते मान डंगर से पठे ला के आंदी है, 70 मान रेड़ा लदे आवे वो मान दे विचो ले आंदी है। माशाल्लाह। तो यानी के हां जी सारा कारोबार इस घोड़ी ने संभाले। ये केड़ी नस्ल दी वीर? ये भी देसी है। प्योर देसी है जी? प्योर देसी। ठीक है। तो इनका भी कोई किधर कोई चुटका वेख्या जी? हाँ जी इनका वालदा वाल साहब ने जेड़ा इनका प्यो है वो माशाल्लाह 15 दौड़ा जीते आया। ਇਹਦਾ ਜਿਹੜਾ ਜਿੰਨ ਦੀ ਬਲੱਡ ਲਾਈਨ ਹੈਗੀ ਜਿਹੜੀ ਇਹਨਾਂ ਦਾ ਜਿਹੜਾ ਪਿਓ ਹੈ ਨਾ ਉਹ 15 20 ਦੌੜਾਂ ਜਿੱਤਿਆ ਹੈ। ਤੇ ਕੀ ਨਾਂ ਕੀ ਦੇ ਪਿਓ ਦਾ? ਬਾਜ ਘੋੜਾ। ਬਾਜ? ਹਾਂਜੀ ਬਾਜ ਘੋੜਾ। ਤੇ ਉਹ ਕਿਹੜੀ ਜਗ੍ਹਾ ਦੇ ਉੱਤੇਗਾ? ਉਹ ਮਰ ਗਿਆ। ਅੱਛਾ ਹਾਂਜੀ ਇਹ ਉਹਦੀ ਨਸਲ ਹੈ? ਹਾਂਜੀ ਉਹਦੀ ਨਸਲ। ਲਓ ਜੀ ਉਹ ਕਿਹ ਕਲਰ ਦਾ ਸੀ? ਉਹ ਵੀ ਐਸੇ ਕਲਰ ਬਿਲਕੁਲ ਲਾਲ ਪਿਓਰ। ਲਓ ਜੀ ਇਹ ਜੇ ਮਸ਼ਹੂਰ ਘੋੜਾ ਬਾਜ ਉਹਦਾ ਨਾਂ ਸੀ, ਜਿਵੇਂ ਆਪਾਂ ਕਹਿੰਦੇ ਬਾਜ ਤੇ ਪੰਜਾਬੀ ਜੋ ਉਹਨੂੰ ਕਹਿੰਦਾ ਬਾਜ, ਬਾਜ ਘੋੜਾ ਸੀ। ਤੇ ਇਹ ਬਾਜ ਘੋੜੇ ਦੀ ਜਿਹੜੀ ਹੈ ਨਾ ਉਹ ਧੀ ਜੇ। ਤੇ ਇਹਦਾ ਭਾਜੀ ਕੱਦ ਕਿੰਨਾ ਕੁ ਹੈਗਾ? ਇਹਦਾ ਕੱਦ ਤਕਰੀਬਨ 6 ਕੁ ਹੋਣਾ। ਇਹ ਜੀ 6 ਗਿੱਠਾਂ ਇਹਦਾ ਕੱਦ ਹੈ ਤੇ ਪਿਓਰ ਦੇਸੀ ਘੋੜੀ ਹੈ। ਤੇ ਉਹਨਾਂ ਨੇ ਕਿਹਾ ਜੀ ਪੂਰਾ ਜਿਹੜਾ ਨਾ ਰੇੜਾ ਪੱਠਿਆਂ ਦਾ ਲੱਦਿਆ ਹੁੰਦਾ ਤੇ ਜਿਹੜੀ ਇਹਨੇ ਵਾਹਣਾਂ ਦੇ ਵਿੱਚੋਂ ਇਹ ਜਿਹੜੀ ਕੰਮ ਦੇ ਉੱਤੇ ਲਾਈ ਹੋਈ ਹੈ ਘੋੜੀ। ਤੇ ਮਾਸ਼ਾਅੱਲਾ ਸੋਹਣੀ ਘੋੜੀ ਹੈ ਤੇ ਮੈਂ ਤੁਹਾਨੂੰ ਵਿਖਾਣਾ ਪੈਰ ਪੂਰ ਇਹਦੇ ਪਹਿਲਾਂ ਵੇਖੋ। ਮਾਸ਼ਾਅੱਲਾ ਗੋਲ ਪੈਰ ਹੈਗਾ ਜੇ, ਇਹ ਦੇਖੋ ਗੋਲ ਪੈਰ ਜੇ। ਤੇ ਇਹ ਤੰਗ ਦਰਾ ਕਰਦੀ ਵੀ ਮੱਖੀ ਇਹਨੂੰ, ਕਿਉਂਕਿ ਉਹ ਫਿਰ ਪੂਛਲ ਪੂਛਲ ਮਾਰਦੀ ਨਾ ਤੇ ਮੱਖੀ ਕਰਦੀ ਹੈ ਚੱਕ ਵੱਢਦੀ ਹੈ। ਲਓ ਜੀ ਲਓ ਜੀ ਹੈਦਰ ਕੋਲ ਮਾਸ਼ਾਅੱਲਾ ਇਹ ਵੀ ਘੋੜੀ ਜਿਹੜੀ ਨਾ ਨਗੀਨਾ ਜੇ, ਕਿਉਂਕਿ ਤੁਹਾਨੂੰ ਪਤਾ ਕਿ ਆਪਣੇ ਸ਼ਹਿਰ ਦੇ ਵਿੱਚ ਲਾਹੌਰ ਦੇ ਵਿੱਚ ਘੋੜੀਆਂ ਦੀ ਕਮੀ ਹੈ, ਮਗਰ ਉਹਨਾਂ ਬੰਦਿਆਂ ਰੱਖੀਆਂ ਜਿਨ੍ਹਾਂ ਨੂੰ ਹੈਗਾ ਸ਼ੌਕ। ਅਤੇ ਘੋੜੀ ਵੀ ਮਾਸ਼ਾਅੱਲਾ ਸੋਹਣੀ ਹੈ ਅਤੇ ਬਹੁਤ ਆਲਾ ਘੋੜੀ ਹੈਗੀ ਜੇ। ਅਤੇ ਪਿੱਛੋਂ ਮੈਂ ਤੁਹਾਨੂੰ ਹੁਣ ਵਿਖਾਉਣਾ ਘੋੜੀ। ਲਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਨਸ਼ਾਅੱਲਾ ਇਸ ਤਰ੍ਹਾਂ ਦੀਆਂ ਖੂਬਸੂਰਤ ਜਿਹੜੀਆਂ ਵੀਡੀਓ ਨੇ ਨਾ ਉਹ ਤੁਹਾਡੇ ਵਾਸਤੇ ਲਿਆਉਂਦਾ ਵਾਂ। ਲਓ ਜਨਾਬ ਇਹ ਦੂਸਰੀ ਘੋੜੀ ਤੁਹਾਨੂੰ ਵਿਖਾਈ ਹੈ ਹੈਦਰ ਕੋਲ, ਅਤੇ ਹੈਦਰ ਕੋਲ ਇੱਕ ਹੋਰ ਮਾਸ਼ਾਅੱਲਾ ਬਹੁਤ ਹੀ ਘੋੜੀ ਹੈ ਇਸ ਤਰ੍ਹਾਂ ਹੀ ਫੁੱਲ ਜਿਹੜੀ ਹੈਗੀ ਹੈ। ਅੱਛਾ ਹੈਦਰ ਭਾਈ ਖੁਰਾਕ ਇਹਦੀ ਵੀ ਉਹ ਹੀ ਹੈ? ਜਵੀ ਦਾਣਾ ਮੁਰੱਬਾ। ਅੱਛਾ ਕਿਤੇ ਕਿਤੇ ਇਹਨੂੰ ਪਿੰਡ ਕੱਟ ਸਵਾਰੀ? ਹਾਂਜੀ ਕੱਟ ਸਵਾਰੀ ਬਹੁਤ ਪਾਈ ਭਜਾਈ ਦੇ। ਅੱਛਾ ਜੀ ਕਾਠੀ ਤੋਂ ਬਗੈਰ ਹੀ ਬਹਿ ਕੇ? ਕਈ ਬੰਦੇ ਤਾਂ ਕਹਿੰਦੇ ਨੇ ਭਾਜੀ ਪਿੱਠ ਸਵਾਰੀ ਸਾਨੂੰ ਜਿਹੜਾ ਨਾ ਉਹ ਸਾਡੇ ਕੋਲ ਬੈਠਾ ਜਿਹੜਾ ਕਾਠੀ 'ਤੇ ਬਾਂਗੇ ਸੀ ਅਤੇ ਕਾਠੀ ਜਰਾ ਕੋਈ ਮੰਗ ਕੇ ਲੱਗਿਆ ਹੋਇਆ। ਠੀਕ ਹੈ ਅਤੇ ਉਂਝ ਬੈਟ ਬੋਰਡ ਚਾਹੀਦਾ? ਬੈਟ ਬੋਰਡ ਚਾਹੀਦਾ। ਲਓ ਜੀ ਹੈਦਰ ਭਾਈ ਆਪਣਾ ਜ਼ਰਾ ਅਗਰ ਕੋਈ ਤੁਹਾਡੇ ਕੋਲ ਬੰਦਾ ਮਸ਼ਵਰਾ ਲੈਂਦਾ ਕਿ ਹੈਦਰ ਭਾਈ ਸਾਨੂੰ ਵੀ ਕੋਈ ਮਸ਼ਵਰਾ ਦਿਓ ਮੈਂ ਘੋੜੀ ਲਈਏ, ਜਾਂ ਉਹਨੂੰ ਮੈਂ ਕੀ ਦੇਵਾਂ, ਜਾਂ ਕੋਈ ਮੈਂ ਬਿਮਾਰ ਹੋ ਗਈ ਘੋੜੀ, ਅਤੇ ਹੈਦਰ ਭਾਈ ਤੁਹਾਨੂੰ ਕੋਈ ਅਗਰ ਬੰਦਾ ਕੋਈ ਕਾਲ ਕਰਦਾ ਅਤੇ ਫਿਰ ਤੁਸੀਂ ਉਹਨੂੰ ਕੋਈ ਮਸਾਲਾ ਮਸੂਲਾ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਦੱਸ ਸਕਦੇ ਜੇ ਦੱਸੋ ਆਪਣਾ ਨੰਬਰ ਦੱਸੋ। 0307 0307 42 42 24 24 772 772। ਤੁਹਾਡਾ ਨੰਬਰ ਚੱਲਦਾ ਹੁੰਦਾ? ਚੱਲਦਾ। ਵਟਸਐਪ ਨੰਬਰ ਵੀ ਚੱਲਦੇ ਆ? ਵਟਸਐਪ ਨੰਬਰ ਵੀ ਦੱਸ ਦਿਓ। 0343 0343 78 78 18 18 0042 0042। ਲਓ ਜੀ ਹੈਦਰ ਭਾਈ ਦਾ ਦੋਵੇਂ ਨੰਬਰ ਤੁਹਾਡੇ ਕੋਲ ਆ ਗਏ ਨੇ। ਹੈਦਰ ਭਾਈ ਕੋਲੋਂ ਤੁਸੀਂ ਅਗਰ ਕੋਈ ਮਸ਼ਵਰਾ ਲੈਣਾ ਚਾਹੁੰਦੇ ਜੇ ਘੋੜੀ ਦੇ ਬਾਰੇ ਦੇ ਵਿੱਚ, ਟੋਰਨ ਦੇ ਬਾਰੇ 'ਚ, ਫਿਰਨ ਦੇ ਬਾਰੇ 'ਚ, ਕੋਈ ਵੀ ਤੁਸੀਂ ਮਸ਼ਵਰਾ ਲੈਣਾ ਚਾਹੁੰਦੇ ਜੇ ਤਾਂ ਹੈਦਰ ਭਾਈ ਕਹਿੰਦੇ ਨੇ ਜੀ ਮੇਰੀ ਖਿਦਮਾਤ ਜਿਹੜੀ ਨਾ ਉਹ ਹਾਜ਼ਰ ਨੇ। ਤੁਸੀਂ ਵਟਸਐਪ ਵੀ ਉਹਦਾ ਨੰਬਰ ਤੁਹਾਡੇ ਕੋਲ ਆ ਗਿਆ। ਅਤੇ ਲਓ ਜੀ ਅਗਲੀ ਜਿਹੜੀ ਹੈ ਨਾ ਉਹ ਘੋੜੀ ਹੈਦਰ ਭਾਈ ਦੀ, ਉਹ ਤੁਹਾਨੂੰ ਮੈਂ ਵਿਖਾਉਣਾ। ਹੈਦਰ ਭਾਈ ਤੁਸੀਂ ਇਹ ਘੋੜੀ ਬੰਨੋ ਅਤੇ ਸਾਰਾ ਸਾਨੂੰ ਦੂਸਰੀ ਘੋੜੀ ਵਿਖਾ ਦਿਓ। ਲਓ ਜੀ ਇੱਕ ਹੋਰ ਘੋੜੀ ਹੈਗੀ ਜੇ ਹੈਦਰ ਕੋਲ। ਹੈਦਰ ਕੋਲ ਟੋਟਲੀ ਜੀ 3 ਘੋੜੀਆਂ ਨੇ। ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਹੈਦਰ ਦਾ ਜਿਹੜਾ ਨਾ ਉਹ ਪੀੜੀ ਵਿਖਾਈ ਹੈ ਅਤੇ ਨਾਲ ਘੋੜੀ ਜਿਹੜੀ ਉਹਦੇ 'ਚ ਜੋੜਦਾ।
तो हैदर को एक होर घोड़ी है ए चलिया जे ए जे हैदर का जरा सैटअप अच्छा इधर डंगर किन्ने रखे टोटली डंगर खाना 300 है अच्छा 300 डंगर है 300 जी डंगर है दुध का कम है तो माशाला होर भी इन्होंने थले रखे तो लो तो वेखो कितने जंगल तो मंगल बनाया होया उन्होंने ऐ रेड़ा जे हैदर दे कोले ते ऐ जे डंगर लो जी मज्जा ना आ रही जे ला जी कोई गल नहीं कोई गल लो जी एक ऐ कुड़ी जे माशाल्लाह इन रंग कि बजेगा है लो लो जी हैदर को एक ऐ कुड़ी जे खुला रंग है जे रंग भी माशाल्लाह सोना अच्छा इधर ये कि नस्ल है प्योर वलैती क्रॉस है दोगली क्रॉस है लो जी वलैती है पर क्रॉस तो इनका कोई पता ब्लड लाइन की है इनका प्यो का पता प्यो नहीं तो ये मंडी के बच्चों ली कि ढाई लाख की एक हैदर कि मंडी चो ली झंग तो ले थी तो इनकी उम्र कि होगी इस टाइम साढ़े सात साल तो कद कि होगा यानी सत्त किट्ठे ही गई तो टोरा कि टुट जाती दुड़की भजन वाली कि टाइम शाइम लिया इनका कि कर दी अच्छा लो जी हैदर को घोड़े जे तो दस रहे कि वलैती है क्रॉस वलैती क्रॉस घोड़ी है माशाल्लाह खूबसूरत है और बिल्कुल पैरों तिकर भी रंग ओहो ही है पैरों का भी रंग इको ही है जो रंग पैरों का खुर ही रंग उत्ते सारा माशाल्लाह रंग भी बहुत प्यारा जी पिछले पैर तो थोड़ा जहा धोता है मगर वह भी जरा है ना उन्ना ही है तो 2.5 लाख रुपए की ली माशाल्लाह ठीक लो जी वीडियो अच्छी लगी हो तो लाइक और शेयर ज़रूर कीजिएगा और कमेंट में आपने मुझे बताना है कि आपको ये वाली घोड़ी कैसे लगी और जो पीढ़ी हैदर ने बनवाई है उसके बारे में आपने बताना है कि ये ठीक है तो इजाज़त चाहता हूँ जी नई वीडियो में फिर मुलाकात होगी अल्लाह हाफ़िज़।